ਸਤਿ ਸ੍ਰੀ ਅਕਾਲ ਸੱਜਣੋ ਕੀ ਹਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਖੇਤ ਦੇ ਵਿੱਚ ਪਹੁੰਚੇ ਹਾਂ ਜਿੱਥੇ 7501 ਦੀ ਪਨੀਰੀ ਬੀਜੀ ਐ ਤੇ 7301 ਦੀ ਲਾਸਟ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਵੀ ਮੈਂ 7301 ਦੀ ਜਿਹੜੀ ਪਨੀਰੀ 2 ਕਿਲੋ ਮਰਲੇ ਦੇ ਹਿਸਾਬ ਤੇ ਪਾ ਕੇ ਤੇ ਬੀਜੀ ਸੀ ਤੇ ਆਪਾਂ ਤੁਹਾਨੂੰ 75 ਦਾ ਵੀ ਦਿਖਾਇਆ ਸੀ 75 ਦੀ ਪਨੀਰੀ ਕਿਵੇਂ ਉੱਗੀ 75 ਦੀ ਵੈਰਾਈਟ ਵੇਖ ਲਓ ਤੁਸੀਂ ਬਹੁਤ ਵਧੀਆ ਪਨੀਰੀ ਉੱਗੀ ਆਪਣੀ ਜਿਵੇਂ ਤੁਹਾਨੂੰ ਦੱਸਿਆ ਵੀ ਉਸ ਤਰੀਕੇ ਨਾਲ ਹੀ ਆਪਾਂ ਪਨੀਰੀ ਬੀਜੀ ਬਾਕੀ ਨਵੇਂ ਸੱਜਣ ਮੇਰੇ ਜਿਹੜੇ ਵੀ ਨਵੀਂ ਪਣੀਰੀ ਹੁਣ ਬੀਜਦੇ ਪਏ ਆ ਉਹਨਾਂ ਨੂੰ ਮੇਰੀ ਰਿਕਵੈਸਟ ਏ ਵੀ ਉਹ ਸ਼ਾਮ ਦੇ ਟਾਈਮ ਆਪਦੀ ਪਣੀਰੀ ਬੀਜਣ ਤੇ ਸ਼ਾਮ ਦੇ ਟਾਈਮ ਵਿੱਚ ਜੇ ਪਾਣੀ ਖੜਦਾ ਤਾਂ ਰਾਤ ਸਾਰੀ ਖੜਾ ਰਹਿਣ ਦਿਓ ਤੇ ਦਿਨੇ ਜਦੋਂ 8 ਵਜੇ ਆ ਪੂਰੀ ਧੁੱਪ ਸ਼ੁਰੂ ਹੋ ਜਾਂਦੀ ਉਦੋਂ ਸਾਰੇ ਦਾ ਸਾਰਾ ਪਾਣੀ ਕੱਢ ਦਿਓ ਤੁਸੀਂ ਤੇ ਹਰ ਰੋਜ਼ ਜਿਹੜੀ ਦੂਜੀ ਪਣੀਰੀ ਉਹਨੂੰ ਪਾਣੀ ਦਿਓ ਬਟ ਸ਼ਾਮ ਦੇ ਟਾਈਮ ਨੂੰ ਪਾਣੀ ਦਿਓ ਜੇ ਤੁਹਾਡੀ ਦਿਨੇ ਲੈਡ ਆਉਂਦੀ ਤਾਂ ਨਾਲੋ ਨਾਲ ਪਾਣੀ ਉਹਦਾ ਕੱਢਦਾ ਕਰੋ ਪਰ ਪਾਣੀ ਹਰ ਰੋਜ਼ ਦਿਓ ਆਪਣੀ 7501 ਦੀ ਪਨੀਰੀ ਜਿਹੜੀ ਇਹ ਬਹੁਤ ਵਧੀਆ ਉੱਗੀ 2 ਕਿਲੋ ਦੇ ਹਿਸਾਬ ਤੇ ਆਪਾਂ ਬੀਜ ਦੇ ਵਿੱਚ ਪਾਇਆ ਸੀ ਇਸ ਤੋਂ ਬਾਅਦ ਆਪਾਂ 7301 ਵੱਲੇ ਚੱਲਦੇ ਹਾਂ ਵੀ 7301 ਕਿਵੇਂ ਦਾ ਰਿਹਾ ਇਹ ਆਪਾਂ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਇਆ ਮੈਂ ਬੀਜ ਦਾ ਪਿਆ 7301 ਤੇ ਕਈ ਸੱਜਣਾ ਦੀ ਕੰਪਲੇਂਟ ਹੈਗੀ ਵੀ 7301 ਜਿਹੜਾ ਵਿਰਲਾ ਬਹੁਤ ਜ਼ਿਆਦਾ ਉੱਗਿਆ ਬਟ ਉਹਦਾ ਕਾਰਨ ਕਈਆਂ ਪਨੀਰੀਆਂ ਹਰ ਇੱਕ ਬੀ ਵਿਰਲਾ ਉਗਦਾ ਪਰ ਉਹਦਾ ਸਿਰਫ ਕੋਈ ਇੱਕ ਕਾਰਨ ਹੈ ਵੀ ਉਹ ਗਰਮੀ ਦੇ ਕਰਕੇ ਕਈ ਵਾਰੀ ਕੀ ਹੁੰਦਾ ਵੀ ਆਪਾਂ ਪਨੀਰੀ ਬੀਜਦੇ ਨੇ ਦਿਨੇ ਤੇ ਦਿਨੇ ਪਨੀਰੀ ਜਦੋਂ ਬੀਜਦੇ ਆਪਾਂ ਉਹਨੂੰ ਪਾਣੀ ਫੁੱਲ ਕਰ ਦਿੰਨੇ ਆ ਤੇ ਪਾਣੀ ਜਦੋਂ ਫੁੱਲ ਹੁੰਦਾ ਤੇ ਉਹਦੇ ਨਾਲ ਸਾਰਾ ਦਿਨ ਪਾਣੀ ਵਿੱਚ ਖੜਾ ਰਹਿੰਦਾ ਤੇ ਪਾਣੀ ਖੜਨ ਦੇ ਨਾਲ ਜਿਹੜਾ ਵਿੱਚ ਚੌਲ ਹੁੰਦਾ ਸਾਰਾ ਉੱਬਲ ਜਾਂਦਾ ਤੇ ਉਦੋਂ ਬਾਅਦ ਜਿਹੜੀ ਉੱਗਣ ਦੇ ਵਿੱਚ ਉਹਦੀ ਦਿੱਕਤ ਆਉਂਦੀ ਏ ਆ ਵੇਖੋ ਤੁਸੀਂ 2 ਕਿਲੋ ਮਰਲੇ ਦੇ ਹਿਸਾਬ ਤੇ ਆਪਾਂ ਪਨੀਰੀ 2 ਕਿਲੋ ਸਾ ਆ ਵੇਖੋ ਆਪਾਂ 2 ਕਿਲੋ ਦੇ ਹਿਸਾਬ ਤੇ ਉਦੋਂ ਪਾਇਆ ਸੀ ਤੇ ਬਿਲਕੁਲ ਸਹੀ ਜਿਹੜੀ ਏ ਇੱਕ ਵੀ ਦਾਣਾ ਮੇਰੇ ਖਿਆਲ ਚ ਨਹੀਂ ਰਿਹਾ ਹੁਣ ਆ ਪਾਸਿਆਂ ਤੇ ਥੋੜਾ ਥੋੜਾ ਵੀ ਜ਼ਿਆਦਾ ਸੰਘਣਾ ਮੇਰੇ ਖਿਆਲ ਡਿੱਗਾ ਹੁੰਦੇ ਕਰਕੇ ਵੀ ਪਾ ਜ਼ਿਆਦਾ ਹੋਇਆ ਆ ਇਧਰਲੇ ਪਿਆਸੇ ਆਪਾਂ 7.5 127 ਦੀ ਪਣੀਰੀ ਬੀਜੀ ਇਹ ਵੀ ਆਪਾਂ ਨੈਟ 2 ਕਿਲੋ ਮਰਲੇ ਦੇ ਹਿਸਾਬ ਤੇ ਵੀ ਪਾਇਆ ਆ 7.5 127 ਲਾਸਟ ਇਅਰ ਜਾਂ ਕਈ ਸੱਜਣਾ ਨੇ ਪਿਛਲੇ ਸਾਲਾਂ ਦੇ ਵਿੱਚ ਜਿੰਨਾ 7.5 127 ਲਾਈਨ ਦੇ ਵਰਗੀ ਵੈਰਾਈਟੀ ਵੀ ਨਹੀਂ ਹੈਗੀ ਇਸ ਸਾਵਾ ਵਾਲਿਆਂ ਦਾ ਝੋਨਾ ਇੱਕ ਇਹੋ ਜਿਹਾ ਝੋਨਾ ਹੈ ਵੀ ਜਿਹੜਾ ਖਾਦ ਵੀ ਤਿੰਨ ਤੋਂ ਸਾਢੇ ਤਿੰਨ ਘਟਿਆਂ ਤੱਕ ਚੱਲ ਲੈਂਦਾ। ਸੋ ਆਪਾਂ ਕੋਈ 4 ਤੋਂ 5 ਕਿੱਲਿਆਂ ਦੀ ਜਿਹੜੀ ਸਾਵਾ 127 ਆਪਾਂ ਦੀ ਪਣੀਰੀ ਬੀਜੀ ਬਹੁਤ ਵਧੀਆ ਫਟਾਰਾ ਜਾਂਦਾ ਵੀ ਹੋਇਆ। ਆ ਇਧਰ ਨਾਲ ਇਹ ਵੀ ਜਾਂਦਾ ਕੈਰਾ ਇੱਕ ਖੜਾ ਹੋਇਆ। ਤੇ ਬਾਕੀ ਦੂਜੇ ਪਾਸੇ ਪਾ 7501 ਹੀ ਵੈਰੈਟੀ ਲਾਈ। ਹਰ ਰੋਜ਼ ਆਪਾਂ ਇਹਨੂੰ ਪਾਣੀ ਦਿੰਨੇ ਆ ਬਟ ਪਾਣੀ ਦੇਣ ਤੋਂ ਬਾਅਦ ਘੰਟੇ ਦੋ ਬਾਅਦ ਜਿਵੇਂ ਪਾਣੀ ਹੁੰਦਾ ਆਪਾਂ ਗਾਂ ਨਿਕਾਸ ਕਰ ਦਿੰਨੇ ਆ ਆਸੇ-ਪਾਸੇ ਜਿਹੜਾ ਇਹਦਾ ਪਾਣੀ ਸਾਰੇ ਦਾ ਸਾਰਾ ਆਪਾਂ ਛੱਡ ਦਿੰਨੇ ਆ ਤੇ ਬਹੁਤ ਵਧੀਆ ਵੇਖੋ ਪਨੀਰੀ ਜਿਹੜੀ 7301 ਦੀ ਟਾਪ ਕਲਾਸ ਉੱਗੀ ਹੋਈ ਹੈ ਬੀਜਣ ਦਾ ਤਰੀਕਾ ਮੈਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਵੀ ਅਸੀਂ ਕਿਸ ਤਰੀਕੇ ਬੀਜਦੇ ਆ ਇੱਕ ਵੀ ਦਾਣਾ ਜਿਹੜਾ ਥੱਲੇ ਨਹੀਂ ਰਿਹਾ ਸਾਰੇ ਦੇ ਸਾਰੇ ਦਾਣੇ ਉੱਗੇ ਹੋਏ ਆ ਬਾਕੀ ਹਰ ਰੋਜ਼ ਅਸੀਂ ਇਹਨੂੰ ਪਾਣੀ ਸ਼ਾਮ ਦੇ ਟਾਈਮ ਜਾਂ ਦਿਨ ਦੇ ਟਾਈਮ ਤਕਰੀਬਨ ਦਿੰਦੇ ਆ ਤੇ ਬਾਅਦ ਚੋਂ ਪਾਣੀ ਜਿਹੜਾ ਦੂਜੇ ਪਾਸੇ ਨੂੰ ਨਿਕਾਸ ਕਰਦੇ ਨੇ ਉਹ ਤੋਂ ਬਾਹਰ ਕੱਢ ਦਿੰਦੇ ਆ ਵਿਚ ਲਗਾਤਾਰ ਜਾਂ ਘੰਟਾ ਜਾਂ 2 ਘੰਟੇ ਤੱਕ ਪਾਣੀ ਨਹੀਂ ਸੀ ਖੜਨ ਦਿੰਦੇ ਉਹ ਉਹਦਾ ਕਾਰਨ ਇਹ ਆਈਏ ਜੇ ਪਾਣੀ ਵਿੱਚ ਖੜੇਗਾ ਤਾਂ ਸਾਰੇ ਦਿਨ ਦੀ ਗਰਮੀ ਦੇ ਨਾਲ ਵਿੱਚੋਂ ਦਾ ਉਬਲ ਜਾਵੇਗਾ ਉਹ ਥੱਲੇ ਜਿਹੜਾ ਉਹਦਾ ਪੂੰਗਰ ਫੁੱਟਿਆ ਜਿਵੇਂ ਨਵੇਂ ਕਈ ਬੂਰ ਉੱਟਦੇ ਪਿਆ ਉੱਗਦੇ ਪਿਆ ਉਹ ਸਾਰੇ ਦੇ ਸਾਰੇ ਖਰਾਬ ਹੋ ਜਾਣਗੇ ਆਵੇਂ ਇੰਦੇ ਤੋਂ ਬਾਹਰ ਪਕੜਦੀ ਤਾਂ ਪਾਣੀ ਆ ਇਹਨੂੰ ਜਿਹੜਾ ਫालतू ਪਾਣੀ ਹੁੰਦਾ ਮਾਕੇ ਗਰਮੀ ਦਾ ਕਹਿਰ ਦਾ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਬਹੁਤ ਜ਼ਿਆਦੀ ਜਿੰਦੇ ਕਰਕੇ ਬੀਆਂ ਦੇ ਉੱਗਣ ਦੇ ਵਿੱਚ ਸਮੱਸਿਆ ਆਉਂਦੀ ਪਈ ਚਾਹੇ ਕਿਸੇ ਨੇ ਘਰ ਦਾ ਬੀਜਾ ਵੀ ਚਾਹੇ ਕਿਸੇ ਦੁਕਾਨਦਾਰ ਤੋਂ ਲਿਆਂਦਾ ਉਹਦੇ ਵਿੱਚ ਪ੍ਰੋਬਲਮ ਆ ਹੀ ਰਹੀ ਹੈ ਬੀਜ ਦੇ ਉੱਗਣ ਦੇ ਵਿੱਚ ਸਵਾਲ ਓਵਰ ਵਾਨ ਜਿਹੜਾ ਰੈਡੀ ਕਰਤਾ ਆਪਾਂ ਲੱਗੇ ਹੋਏ ਆ ਮਾ ਵੱਟਾ ਬੰਨਣ ਚੜਾ ਦੇਣ ਤੇ ਆਪ 7501 ਜਿਹੜਾ ਮੇਰੇ ਖਿਆਲ ਚ ਪੂਰੇ 10 ਤੋਂ 12 ਦਿਨ ਨੂੰ ਇਹਦੀ ਆਪਾਂ ਸਟਾਰਟ ਕਰਦੇ ਨੇ ਨੂੰ ਆਪਾਂ ਲਾਉਣਾ 7501 ਨੂੰ ਗਰਮੀ ਦਾ ਆ ਲਈ ਨਾ ਜਿਆਦਾ ਮਾੜਾ ਏ ਕਿ ਆਹ ਵੇਖੋ ਵੀ ਪੱਠੇ ਪਿਛਲੇ ਪਾਣੀ ਵੇਲੇ ਵੀ ਏਡੇ ਏਡੇ ਸੀ ਆ ਫਿਰ ਪਾਣੀ 깔 ਆਇਆ ਫਿਰ ਵੀ ਅਜੇ ਪੱਠੇ ਏਡੇ ਏਡੇ ਖੜੇ ਹੋਏ ਆ ਵੀ ਗਰਮੀ ਇੰਨੀ ਜਿਆਦੀ ਏ ਕਿ ਵਧਨ ਦੇ ਕਿਸੇ ਚੀਜ਼ ਨੂੰ ਵਧਨ ਨਹੀਂ ਦਿੰਦੀ ਪਈ ਪਨੀਰੀਆਂ ਵੀ ਕਈਆਂ ਦੇ ਉੱਤੋਂ ਤੋਂ ਸੁੱਕਣ ਲੱਗ ਪਈਆਂ ਇਸੇ ਗਰਮੀ ਦੇ ਕਰਕੇ ਬਾਕੀ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਵੀ ਪਨੀਰੀ ਦੇ ਆਸ-ਪਾਸ ਜਿਵੇਂ ਗਾਚਾ ਵਗੈਰਾ ਜਰੂਰ ਬੀਜਿਆ ਕਰੋ ਜਿੰਦੇ ਨਾਲ ਥੋੜੀ ਹਵਾ ਠੰਡੀ ਆਵੇ ਪਨੀਰੀ ਨੂੰ ਤੇ ਗਰਮੀ ਜਿਹੜੀ ਘੱਟ ਲੱਗੇ ਬਾਕੀ ਦੇਖਦੇ ਆ ਇਸ ਵਾਰੀ 7501 ਦਾ ਕੀ ਝਾੜ ਰਿਹਾ ਪਿਛਲੇ ਸਾਲ ਤਾਂ ਹਰਿਆਣੇ ਵਿੱਚ ਲੱਗਾ ਜਿਵੇਂ 7501 ਵੈਰੈਟੀ ਉਹ ਆਪਦੇ ਮੂਹ ਕਹਿੰਦੇ ਆ ਵੀ 125-25 ਮਣ ਤੱਕ ਨਿਕਲੀ ਹੈ ਕੈਸੇ ਦਾ 130 ਤੋਂ ਮੰਨ ਤੱਕ ਵੀ ਗਿਆ ਵੇਖੋ ਹੁਣ ਪੰਜਾਬ ਦੀ ਧਰਤੀ ਦੇ ਕਿਵੇਂ ਦੀ 7501 ਵੈਰੈਟੀ ਕਿਵੇਂ ਸੈੱਟ ਬੈਂਦੀ ਏ ਕਿ ਇਹਦਾ ਚਾੜ ਘਟਾਉਂਦੀ ਜਾਂ ਵਧਾਉਂਦੀ ਬਾਕੀ ਜੰਨੀਆਂ ਬੇਨਤੀਆਂ ਨਾਲ ਕੋਈ ਵੱਧ ਘਟ ਬੋਲਿਆ ਗਿਆ ਹੋਵੇ ਉਹਦੇ ਲਈ ਮਾਫੀ ਚਾਹਣਾ ਸੋ ਅਗਲੇ ਸੱਜਣ ਜਿਹੜੇ ਮੇਰੇ ਵੀਰ ਪਨੀਰੀਆਂ ਬੀਜ ਤੇ ਪਿਆ ਖਾਸ ਤੌਰ ਤੇ ਜਿਵੇਂ ਹੁਣ ਗਾਂ ਬਾਸਮਤੀਆਂ ਸ਼ੁਰੂ ਹੋਣਗੀਆਂ ਪਨੀਰੀ ਦੇ ਵਿੱਚ ਬਾਸਮਤੀਆਂ ਦੀ ਜਿਹੜੀ ਟਾਈਮਿੰਗ ਹੁੰਦੀ ਜਿਵੇਂ 1121 ਹੋਗੀ ਜਾਂ 1509 ਹੋਗੀ ਜਾਂ 126 ਵਰਗੀ ਵੈਰਾਈਟੀ ਉਹੜੀਆਂ ਵੈਰਾਈਟੀਆਂ ਨੂੰ ਤੁਸੀਂ ਇੱਕ ਤਰੀਕ ਤੋਂ ਬਾਅਦ ਪਨੀਰੀ ਬਜੋਤ ਕਰੋ ਇੱਕ ਤੋਂ ਲੈ ਕੇ 5 ਤਰੀਕ ਦੇ ਵਿੱਚ ਜੇ ਤੁਸੀਂ ਝਾੜ ਲੈਣਾ ਚਾਹੁੰਦੇ ਹੋ ਜਿਵੇਂ 1847 ਵਰਗੀ ਵੈਰਾਈਟੀ ਹੋਗੀ ਜਾਂ 1692 ਵਰਗੀ ਵੈਰਾਈਟੀ ਹੋਗੀ ਤਾਂ ਕੋਸ਼ਿਸ਼ ਕਰੋ ਉਹਨੂੰ 5 ਜੂਨ ਤੋਂ ਬਾਅਦ ਬੀਜੋ ਪਨੀਰੀ ਹੁੰਦੀ ਤੇ ਇੱਕ ਜੁਲਾਈ ਨੂੰ ਜਾਨੀ ਕਿ ਗਾਂ ਟਰਾਂਸਪੋਰਟ ਹੋਵੇ 25 ਦਿਨਾਂ ਦੀ ਪਨੀਰੀ ਜਿਹੜੀ ਹੈ ਬਿਲਕੁਲ ਸਹੀ ਹੈ ਜਿਹੜੀ ਗਾਂ ਟਰਾਂਸਪੋਰਟ ਕਰਨ ਲਈ ਸੋ ਐਸ ਵਾਰੀ ਆਪਾਂ ਝੋਨੇ ਦੀ ਜੇ ਮੈਂ ਗੱਲ ਕਰਾਂ ਵੀ ਪਛੇਤੇ ਦੇ ਵਿੱਚ ਕਈਆਂ ਸੱਜਣਾ ਨੇ 126 ਵੈਰਾਈਟੀ ਜਿਹੜੀ ਇਹ ਵੀ ਉਹ ਐਸ ਕੇ ਮੰਨਦੇ ਨਹੀਂ ਪਾਇਆ ਵੀ ਸ਼ਹਿਨ ਸਰਕਾਰ ਚੱਕੇ ਜਾਂ ਕੀ ਗੱਲ ਉਹਦੇ ਵਿੱਚ ਸੋ ਉਹਦੇ ਵਿੱਚ ਮੈਂ ਸੱਜਣਾ ਨੂੰ ਦੱਸਣਾ ਚਾਹਣਾ ਵੀ 126 ਦੀ ਜਗ੍ਹਾ ਤੇ ਇੱਕ ਵੈਰਾਈਟੀ ਆਈ ਹੈ VNR ਦੀ 2111 2111 ਵੈਰਾਈਟੀ ਜਿਹੜੀ ਹੈ ਉਹ ਬਹੁਤ ਵਧੀਆ ਵੈਰਾਈਟੀ ਹੈ ਉਹਦੇ ਵਿੱਚ ਮੇਨ ਕਿਹੜਾ ਆਪਾਂ ਨੂੰ ਫਾਇਦਾ ਹੈਗਾ ਉਹ ਇੱਕ ਤਾਂ ਨੰਬਰ ਤੇ ਪੂਸੇ 44 ਵਰਗੀ ਵੈਰਾਈਟੀ ਨੰਬਰ 2 ਤੇ ਸਰਕਾਰ ਉਹਨੂੰ ਚੱਕੇ ਕਿਉਂਕਿ ਪੂਸੇ 44 ਨੂੰ ਜੇ ਸ਼ੈਲਰ ਵਾਲਾ ਪਾਸ ਕਰਦਾ ਤਾਂ ਜ਼ਰੂਰ ਉਹਦੇ ਲਈ ਵੀ ਪਸੰਦੀਦਾ ਹੋਵੇਗਾ 2111 ਵੈਰਾਈਟੀ ਝੋਨੇ ਦੇ ਵਿੱਚ ਹੀ ਆਉਂਦੀ ਹੈ ਨੱਟ 90 ਤੋਂ 92 ਦਿਨਾਂ ਦੀ ਸਾਰੀ ਵੈਰਾਈਟੀ 25 ਦਿਨ ਦੀ ਆਪਾਂ ਪਨੀਰੀੋਂ ਦੀ ਲਾਉਣੀ ਹੈ ਬਿਲਕੁਲ ਤੇ 25 ਦਿਨਾਂ ਦੀ ਪੰਡੇਰੀ ਗਾਂ ਲਾ ਕੇ ਉਸ ਤੋਂ ਬਾਅਦ ਵੀ 90 ਦਿਨ ਨੱਟ ਉਹਨੇ ਖੇਤ ਦੇ ਵਿੱਚ ਲੈਣੇ ਆ ਬਿਲਕੁਲ ਬਿਮਾਰੀ ਰਹਿ ਤੇ ਜਿਵੇਂ 126 ਨੂੰ ਤੁਹਾਨੂੰ ਪਤਾ ਹੈ ਵੀ ਲਾਸਟ ਦੇ ਵਿੱਚ ਪਟਾਕਾ ਰੋਗ ਦੀ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਉਹਦੇ ਜਿਹੜੇ ਦਾਣੇ ਨੇ ਪਟਾਕਾ ਮਾਰਨ ਲੱਗ ਪੈਂਦੇ ਨੇ ਪਰ ਜਿਹੜੀ ਇਹ 21 11 ਵੈਰੈਟੀ ਆਈ ਏ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਨੌਬਤ ਨਹੀਂ ਹੈਗੀ ਇਹਦੇ ਵਿੱਚ ਕੋਈ ਪਟਾਕੇ ਰੋਗ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੋ ਕਿਸਾਨ ਵੀਰੋ ਮਤ ਜਿਆਦਾ ਨਹੀਂ ਕਵਾਂਗਾ ਵੀ ਤੁਸੀਂ ਇਹਨੂੰ ਕੋਈ ਜਿਆਦੇ ਕਿੱਲਿਆਂ ਦੇ ਵਿੱਚ ਜਿਵੇਂ ਕੋਈ 8 8 10 10 ਕਿੱਲੇ ਲਾਓ ਤੁਸੀਂ ਇਸ ਸਾਲ ਦੋ ਦੋ ਕਿੱਲੇ ਦੋ ਦੋ ਕਿੱਲੇ ਜਾਂ ਇੱਕ ਇੱਕ ਕਿੱਲੇ ਤੌਰ ਤੇ ਇੱਕ ਵਾਰੀ ਟਰਾਈ ਕਰੋ ਵੈਰਾਈਟੀ ਬਹੁਤ ਹੀ ਵਧੀਆ ਜਿਹੜੀ ਇਹ 21 11 ਆਉਂਦੀ ਏ ਵੀ ਐਨ ਆਰ ਦੀ ਵੀ ਐਨ ਆਰ ਦੀ ਵੈਰਾਈਟੀ 21 11 ਬਹੁਤ ਵਧੀਆ ਤੇ ਬੈਸਟ ਵੈਰਾਈਟੀ ਹੈ ਤੁਸੀਂ ਇੱਕ ਵਾਰੀ ਇਹਨਾਂ ਦਾ ਕਿੱਲੇ ਕਿੱਲੇ ਜਾਂ ਦੋ ਦੋ ਕਿੱਲਿਆਂ ਦਾ ਇੱਕ ਵਾਰੀ ਟ੍ਰਾਇਲ ਲਗਾਓ ਤੋ ਤੁਹਾਨੂੰ ਪਤਾ ਲੱਗੇਗਾ ਖੈਰ ਐਸ ਵਾਰੀ ਮੈਂ ਇਹਦੇ ਤਿੰਨ ਤੋਂ ਚਾਰ ਕਿਲੇ ਜਿਹੜੇ ਲਾਸਟ ਦੇ ਵਿੱਚ ਲੱਗਣੇ ਆਪਾਂ ਉਹਦੀ ਪਨੀਰੀ ਨਹੀਂ ਬੀਜੀ। ਪਨੀਰੀ ਉਹਦੀ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਵਿੱਚ ਆਪਾਂ ਪਨੀਰੀਆਂ ਦੀ ਬੀਜਾਂਗੇ 6ਵੇਂ ਮਹੀਨੇ ਦੀ। ਸੋ 2111 ਵੈਰਾਈਟੀ ਇਹ VNR ਦੀ ਬਹੁਤ ਵਧੀਆ ਜ਼ਬਰਦਸਤ ਵੈਰਾਈਟੀ। ਇਹਨਾਂ ਦੀ ਪਿਛਲੇ ਸਾਲ BY2 ਦੀ ਵੈਰਾਈਟੀ ਆਈ ਸੀ BY2 ਦੇ ਨਾਮ ਤੇ। ਜਿਹੜੀ ਕਿ ਪੂਰੀ ਬਲੈਕ ਦੇ ਵਿੱਚ ਪਿਛਲੀ ਵਾਰੀ ਵਿਕੀ ਸੀ। ਸੋ ਇਹਨਾਂ ਨੇ ਐਸ ਵਾਰੀ BY2 ਨਹੀਂ ਦਿੱਤਾ ਉਹਦੀ ਥਾਂ ਤੇ ਦਿੱਤਾ ਬਹੁਤ ਥੋੜਾ ਦਿੱਤਾ ਬਟ ਉਹਦੀ ਥਾਂ ਤੇ 2111 ਦੇ ਤੌਰ ਤੇ ਇਹਨਾਂ ਨੇ 2111 ਦੇ ਨਾਂ ਤੇ ਇਹਨਾਂ ਨੇ ਜਿਹੜੀ ਵੈਰਾਈਟੀ ਦਿੱਤੀ ਹੈ ਸੋ ਮੇਰੇ ਕਿਸਾਨ ਵੀਰੋ ਕਿਲਾ ਕਿਲਾ ਜਾਂ ਦੋ ਦੋ ਕਿਲਾ ਲਾ ਕੇ ਵੇਖੋ ਖੈਰ ਮੈਂ ਇਹਦੇ ਲਈ ਚਾਰ ਤੋਂ ਪੰਜ ਕਿਲੇ ਇਸ ਵਾਰੀ 2111 ਪਚੋ ਨਾਲ ਲਾਵਾਂਗੇ ਝੋਨਾ ਪਰਮਲ ਦੇ ਵਿੱਚ ਇਹ ਕੋਈ ਬਾਸਮਤੀ ਨਹੀਂ ਹੈਗੀ ਇੱਕ ਝੋਨਾ ਹੀ ਹੈ ਪਰਮਲ ਦੇ ਵਿੱਚ ਸੋ ਜੇ ਕੋਈ ਵੱਧ ਘਟ ਬੋਲਿਆ ਰਹੇ ਉਹਨਾਂ ਲਈ ਮਾਫੀ ਚਾਹੁੰਦਾ ਜੇ ਕਿਸਨ ਕੋਈ ਸਮਝ ਨਹੀਂ ਆਈ 2111 ਵੈਰਾਈਟੀ ਬਾਰੇ ਜਾਂ ਕੋਈ ਵੀ ਤਾਂ ਜਰੂਰ ਮੈਨੂੰ ਕਮੈਂਟ ਦੇ ਵਿੱਚ ਆਪਣਾ ਮੈਸੇਜ ਕਮੈਂਟ ਵਿੱਚ ਕਰ ਸਕਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ